ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਸਰਹੱਦੀ ਰਾਜ ਤੋਂ ਟਿੱਡੀ ਦਲ ਨੇ ਕੌਮੀ ਰਾਜਧਾਨੀ ਦਿੱਲੀ ਵੱਲ ਚੜ੍ਹਾਈ ਕੀਤੀ ਹੈ। ਗੁਜਰਾਤ ਰਾਜਸਥਾਨ ਪੰਜਾਬ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਦੇ ਬੁਦੇਲਖੰਡ ਜ਼ਿਲ੍ਹਿਆਂ ਵਿੱਚ ਟਿੱਡੀ ਦਲਾਂ ਦੇ ਹਮਲਿਆਂ ਲਈ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਟਿੱਡੀ ਦਲ ਦਾ ਪ੍ਰਕੋਪ ਨਿਰੰਤਰ ਵਧਦਾ ਜਾ ਰਿਹਾ। ਮੌਸਮ ਵਿੱਚ ਗਰਮੀ ਦੇ ਫੈਲਣ ਨਾਲ ਹਮਲੇ ਹੋਰ ਵੀ ਤੇਜ਼ ਹੋ ਚੁੱਕੇ ਨੇ। ਟਿੱਡੀਆਂ ਦੇ ਪ੍ਰਕੋਪ ਨੂੰ ਰੋਕਣ ਵਾਸਤੇ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਭਾਰਤ ਨੇ ਇਰਾਨ ਤੇ ਅਫਗਾਨਿਸਤਾਨ ਨੂੰ ਟਿੱਡੀ ਦੇ ਖਾਤਮੇ ਵਾਸਤੇ ਸਹਾਇਤਾ ਕਰਨ ਦਾ ਵਿਸ਼ਵਾਸ ਦਵਾਇਆ। ਇਹਦੇ ਲਈ ਪਾਕਿਸਤਾਨ ਨੇ ਪ੍ਰਭਾਵਿਤ ਖੇਤਰਾਂ ਦੀ ਦੇਸ਼ਾਂ ਦੀ ਬੈਠਕ ਵਿੱਚ ਹਿੱਸਾ ਨਹੀਂ ਲਿਆ। ਸਰਹੱਦੀ ਰਾਜ ਗੁਜਰਾਤ ਰਾਜਸਥਾਨ ਪੰਜਾਬ 'ਚ ਟਿੱਡੀ ਦੇ ਹਮਲੇ ਤੇਜ਼ ਹੋ ਚੁੱਕੇ ਨੇ। ਤਾਪਮਾਨ ਦੇ ਵਧਣ ਨਾਲ ਉਹਨਾਂ ਦੇ ਹਮਲੇ ਹੋਰ ਵੀ ਤੇਜ਼ ਹੋ ਚੁੱਕੇ ਨੇ। ਉਹਨਾਂ ਦੇ ਦਲ ਪਿਛਲੇ ਹਫ਼ਤੇ ਕੇਂਦਰੀ ਭਾਰਤ ਦੇ ਜ਼ਰੀਏ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬੁੰਦੇਲਖੰਡ ਜ਼ਿਲ੍ਹਿਆਂ ਵਿੱਚ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ। ਰਾਜ ਪ੍ਰਸ਼ਾਸਨ ਨੇ 10 ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਹਾਲਾਂਕਿ ਸੂਬਾ ਪ੍ਰਸ਼ਾਸਨ ਦੇ ਨਾਲ ਨਾਲ ਕੇਂਦਰ ਸਰਕਾਰ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਲੱਗੀਆਂ ਹੋਈਆਂ ਨੇ। ਟਿੱਡੀ ਮਸਲੇ ਦੇ ਭਾਰਤ ਨੇ ਪਾਕਿਸਤਾਨ ਨੂੰ ਸੰਯੁਕਤ ਬੈਠਕ ਵਿੱਚ ਕਰਨ ਵਾਸਤੇ ਕਿਹਾ ਸੀ। ਦਰਅਸਲ ਇਰਾਨ ਤੋਂ ਆਉਣ ਵਾਲੀ ਟਿੱਡੀਆਂ ਦਾ ਇੱਕ ਸਮੂਹ ਪਾਕਿਸਤਾਨ ਦੇ ਰਸਤੇ ਭਾਰਤੀ ਸਰਹੱਦਾਂ 'ਤੇ ਹਮਲਾ ਕਰਦਾ ਹੈ। ਇਸ ਕਾਰਨ ਤਿੰਨਾਂ ਦੇਸ਼ਾਂ ਦੀ ਖੇਤੀ ਅਤੇ ਬਾਗਬਾਨੀ ਨੂੰ ਵੱਡਾ ਨੁਕਸਾਨ ਹੁੰਦਾ ਹੈ। ਅਫਰੀਕਾ ਦੇ ਬਹੁਤ ਦੇਸ਼ ਟਿੱਡੀਆਂ ਪਾਰਟੀਆਂ ਤੋਂ ਤੰਗ ਆ ਚੁੱਕੇ ਨੇ। ਹਰ ਸਾਲ ਹਜ਼ਾਰਾਂ ਲੋਕ ਖੇਤੀ ਦੀ ਤਬਾਹੀ ਕਾਰਨ ਭੁੱਖਮਰੀ ਦੀ ਸਮੱਸਿਆ ਨਾਲ ਜੂਝ ਰਹੇ ਨੇ। ਭਾਰਤ ਦੇ ਪ੍ਰਸਤਾਵ 'ਤੇ ਇਰਾਨ ਨੇੜਿਓਂ ਕੰਮ ਕਰਨ ਲਈ ਤਿਆਰ ਹੈ, ਪਰ ਅਜੇ ਤੱਕ ਪਾਕਿਸਤਾਨ ਤੋਂ ਕੋਈ ਸਮਰਥਨ ਦੇਣ ਦੀ ਗੱਲ ਨਹੀਂ ਕਹੀ ਗਈ ਹੈ। ਜਦਕਿ ਭਾਰਤ ਇਸ 'ਚ ਵਰਤੇ ਜਾਣ ਵਾਲੇ ਕੀਟਨਾਸ਼ਕਾਂ ਦੀ ਪੂਰੀ ਮਾਤਰਾ ਦਾ ਖਰਚਾ ਸਹਿਣ ਲਈ ਵੀ ਤਿਆਰ ਹੈ। ਭਾਰਤ ਨੇ ਇਰਾਨ ਨੂੰ ਕੀਟਨਾਸ਼ਕ ਭੇਜਣ ਦਾ ਪ੍ਰਸਤਾਵ ਦਿੱਤਾ ਤਾਂ ਜੋ ਟਿੱਡੀਆਂ ਦਾ ਜਨਮ ਸਥਾਨ ਉੱਥੇ ਹੀ ਉਹਨਾਂ ਨੂੰ ਮਾਰਿਆ ਜਾ ਸਕੇ। ਪੰਜਾਬੀ ਖਬਰਾਂ ਦੇ ਵਿੱਚ ਇਹ ਸੀ ਵੱਡੀ ਖਬਰ। ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ajnewala.com ਦੇ ਨਾਲ। ਸਰਦਾਰ ਗੁਰਜੀਤ ਸਿੰਘ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਸੋਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਸਰਦਾਰ ਗੁਰਜੀਤ ਸਿੰਘ, ਅੱਜ ਹੀ ਫੋਨ ਕਰੋ